بسم اللہ الرحمن الرحیم، یا رب محمد وآل محمد، صلی علی محمد وآل محمد وعجل فرج آل محمد. اللہم کن ولی کل حجت ابن الحسن علیہ السلام صلواتک علیہ وعلا آبائہ طاہرین المعصومین فی حاضر ساعت و فی کل ساعت من ساعت لیل و نہار ولیاں حافظاں و قائداں و ناصراں و دلیلاں و آئینہ حتی تسکنہو ارزاکا توعن و تمتعہو فیہا طویلا. یا رب محمد و آل محمد، صلی علی محمد و آل محمد و عجل فرج آل محمد. یا رب محمد و آل محمد، صلی علی محمد و آل محمد و عجل فرج آل محمد. یا رب محمد و آل محمد، صلی علی محمد و آل محمد و عجل فرج آل محمد. پاک خاندان دے پاک ویڑھے دی جلد آبادی واسطے صلوات. مالک تو کو اپنی شہیدی کھاوے. ٹھیک ہے، اے جڑے زاکرین ہی تھائیں اندن نا ستے تے جڑے ادن سوائے حسین دے غم دے تو کو بیا مولا کوئی غم نہ دکھاوے. نباک مالک تے کو پترے نہ غم دکھاوے. اجائی آدھو مولا حسین بادشاہ اجائی انہی بھین رووے. شرم ہونا چاہیتا ہے، میں کو حیاء کرنا چاہیتا ہے. ہن این کدھائی نہیں آدھے تڑا پاک گھر واس کوئے تڑا چانل یک بار سے رہ پاوے امیر قاسم اللہ بن رہا بنے اون محمد یا رنگ لیا جنیو چڑن پاک محمد سے رہ پاوے پاک قاسم سے رہ پاوے پاک فضل سے رہ پاوے. نہیں دعا تینے کو ڈا اندی بھی نہیں، دعا انہیں کو اندی بھی نہیں. دعا کرنی چاہی دیئے ای پاک خاندان کو. جیڑا بندہ ای پاک خاندان کو دعا نہیں کر سکتا نا وہ کہیں کھاتے چھ نہیں. مقصدی دعا ہے اتنا جو آئیں پھوڑی بھی چاہیے کت وست ہے کہ ایسا اجتماع کیتا ہوئے ہیں. میں نے مالک سا کو گھر وستے دکھا ایسا ان مزاراں دیکھنے نہیں چاہتے سا کو گھر وستے دکھا ایسا تجا کوٹھاں بنگلے مدا کریم ایسا نک سا کو اے نہ دکھا بہوں بنگلے ہیں کوٹھائیں وجہاں وجہاں انہاں اپنا پاک گھر وستہ دکھا او پاک بھین پندو بدے جڑیے دی اکبر اکبر محمل تو نہیں میں تری لڑی ہوئی جنگ تو لکیے دیا او بھین پندو بدے اللہ بھامیں اللہ بھامیں بیمارے کر بلا دی رت روک بنجے جڑا 1100 سال تو رت بیٹھا روندہ ہے اللہ کرے اندی رت روک بنجے اللہ بھامیں اے پاک گھر ہون جلدی تو پہلے وسک ہوئے اللہ بھامیں انہا منتکم جلدی آوے بدلے گھنان اللہ جلدی آوے. ایک قصیدہ ایک یدو بند حاضری کرنی ہے تو سا سلوات پڑھو میں تو کو قصیدہ سنا ہوں. سنت مصطفیٰ ذکر علی سنت اٹھانا بری بات ہے سنت مصطفیٰ یہ ذکر علی سنت مصطفیٰ یہ ذکر علی اس پہ انگلے اٹھانا بری بات
ਜਿਹੜੇ ਲੋਕ ਰੁਕੇ ਮਜਲੇ ਸਜਣਾ ਕਰੋ ਹਾਂ ਵੀ ਕਿਵੇਂ ਚਮ ਨਾ ਹੋ ਜਿਸਕੇ ਆਂਗਨ ਮੇਂ ਗਾਜ਼ੇ ਕਾ ਪਰ ਚਮ ਨਾ ਹੋ ਉਸਕੇ ਘਰ ਆਨਾ ਜਾਨਾ ਬੁਰੀ ਬਾਤ ਹੈ ਪੈਗਾਮ ਹੈ ਆਪਣੇ ਸਜਣੇ ਤਾਣੀ ਆਪਣੇ ਪੀਰ ਤਾਣੀ ਆਪਣੇ ਮੁਰਸ਼ੇ ਤਾਣੀ ਜੇ ਕੋ ਮੰਨਦਾ ਹੈ ਜਿਹੜੇ ਬੁੱਧ ਦੇ ਜੁੰਮੇ ਪੜੇਦਾ ਊ ਤਾਣੀ ਮੇਰਾ ਪੈਗਾਮ ਹੈ ਇੱਕ ਅੱਲਾ ਦੇ ਨਾਂ ਤੇ ਉਹ ਚਾਈ ਵੰਜ ਗੌਰ ਕਰੇ ਸੋ ਹਾਂ ਵੀ ਕਿਵੇਂ ਕਿਸ ਕਦਰ ਦੇਖ ਮੇਰੇ ਸਫਾਰਿਸ਼ ਹੈ ਇਤਨਾ ਬਤਾ ਬੁੱਧ ਕੋ ਚੁੰਮ ਪੜਾਨਾ ਬੁਰੀ ਬਾਤ ਹੈ ਸਾਰਿਆਂ ਗਾਲੀ ਭੁੱਲ ਗਏ ਸਾਰੀ ਰਾਤ ਕੁਰਾਨ ਪੜ੍ਹਦੇ ਨੇ ਜ਼ਰਬਤ ਹੂ ਜ਼ਰਬੋ ਜ਼ਰਬੈਨ ਜ਼ਰਬਤ ਕੁਰਾਨ ਪੜ੍ਹਦੀ ਤਾਂ ਕੋਈ ਇੱਕ ਆਇਆ ਤਾਂ ਭੁੱਲ ਗਈਏ ਅੱਲਾ ਕੁਰਾਨ ਫਰਮਾਈ ਆਈ ਆ ਰਸੂਲਾ ਪੱਲੇ ਮਾਉਂਦ ਇਹ ਤਾਂ ਕੋਈ ਗਈ ਵੀ ਭੁੱਲੇ ਤਾਂ ਕੋਈ ਪੂਰਾ ਕੁਰਾਨ ਆਉਂਦੇ ਤਾਂ ਕੋਈ ਇਹ ਆਇਆ ਤਾਂ ਯਾਦ ਹੀ ਕਹਿ ਨਹੀਂ ਅੱਲਾ ਦੇ ਨਬੀ ਜੋ ਫਰਮਾਇਆ ਜਿਹੜਾ ਨਬੀ ਦਾ ਫਰਮਾਨ ਨਾ ਮੰਨੇ ਉਹ ਮਰਦੂਦ ਉਹ ਦੀਨ ਦੇ ਤਾਰੇ ਤੋਂ ਖਾਰਜ ਬੇਦੀਨ ਨਬੀ ਦਾ ਫਰਮਾਨ ਕਿਹੜੀ ਜਾਤ ਹਾਂ ਵੀ ਕਿਵੇਂ ਕਾਇਨਾਤ ਅਲੈਹਿ ਸਲਾਮ ਦੇ ਪਾਕ ਬਾਬੇ ਕਲਮਾ ਨਾ ਪੜਿਆ ਹਨ ਪਹਿਲੀ ਸ਼ਰਤ ਹੈ ਕਿ ਮੌਜੂਦ ਨੇ ਬੱਚਾ ਮੌਲਾ ਰਸੂਲ ਖੁਦਾ ਦਾ ਨਿਕਾਹ ਵੀ ਮੌਲਾ ਅਲੀ ਅਲੈਹਿ ਸਲਾਮ ਦੇ ਬਾਬੇ ਪੜ੍ਹੇ ਜੇ ਅਗਰ ਜੈ ਨਬੀ ਦਾ ਨਿਕਾਹ ਪੜ੍ਹੇ ਅਗਰ ਊ ਕਲਮਾ ਕਾਇ ਨਹੀਂ ਪੜਿਆ ਤਾਂ ਤੇਰੇ ਨਬੀ ਦਾ ਨਿਕਾਹ ਕਾਇ ਨਹੀਂ ਛੋੜ ਦੇ ਕਲਮਾ ਨਾ ਪੜ੍ਹ ਗਿਆ ਸੋਚਣ ਦੀ ਗੱਲ ਹੈ
ਇਹਦੇ ਅਹਿਸਾਨ ਰਸੂਲੇ ਖੁਦਾ ਕੋ ਪਲੇਂਦਾ ਇਹ ਅੱਲਾਹ ਦੇ ਮੈਂ ਪਿਆ ਪਲੇਂਦਾ ਅੱਲਾਹ ਦੇ ਮੈਂ ਪਿਆ ਪਲੇਂਦਾ ਮੈਂ ਜਲਦੀ ਪਿਆ ਕਰਨਾ ਹਾਂ ਬੇ ਕਿਵੇਂ ਬਾਈ ਆਲੇ ਮੇਰਾ ਨਿਕੇ ਘਰ ਸੇ ਫੁੱਲ ਉਲਫਤ ਨਹੀਂ ਜਿਸ ਕੇ ਦਿਲ ਮੇਂ ਦੇ ਮੁਹੱਬਤ ਨਹੀਂ ਖਾ ਕੇ ਹੱਕ ਸਾਈਂ ਦਾ ਕਾ ਗਨੀ ਬਣ ਗਏ ਖਾ ਕੇ ਹੱਕ ਸਾਈਂ ਦਾ ਕਾ ਗਨੀ ਬਣ ਗਏ ਕੋ ਸਾਦਕ ਬੁਲਾਨਾ ਬੁਰੀ ਬਾਤ ਹੈ ਹਾਏ ਹਾਏ ਆਦਾ ਪਿਆ ਛੁੱਟੀ ਕਰ ਸ਼ਰੀ ਕਬੀਲੇ ਦੀ ਜੀ ਮੈਂ ਨੌਕਰ ਹਾਂ ਮੈਂ ਨੌਕਰ ਮੈਂ ਆਦਾ ਪਿਆ ਛੁੱਟੀ ਕਰ ਤੇ ਭਇਆ ਬਹੁ ਮੁੱਦਾਤ ਤਵੀਲ ਦੇ ਬਾਦ ਬੈਠਾ ਵੱਲ ਵੱਲ ਗਿਣਦਾ ਏ ਹਾਇਓ ਜੀਂਦਿਆਂ ਕੋ ਮਤਾ ਵਧ ਪੋਵੇ ਮਾ ਤੈ ਦਾਦੇ ਮੈਂ ਨੌਕਰ ਛੋਟਗਨ ਅਮਾਨ ਮੈਂ ਆਦਾ ਪਿਆ ਛੁੱਟੀ ਕੈਦ ਸ਼ਰੀਫ ਕਬੀਲੇ ਦੀ ਆਦਾ ਪਿਆ ਮੁੱਕੇ ਅਮਾਨ ਮੈਂ ਨੌਕਰ ਆਦਾ ਪਿਆ ਮੁਕੇ ਮਾਂ ਅਬਾਸ ਦੇ ਅਭੇੜੀ ਦੇ ਤੇ ਬਹੁ ਮੁੱਦਾਤ ਤਵੀਲ ਦੇ ਬਾਦ ਬੈਠਾ ਵੱਲ ਵੱਲ ਗਿਣਦਾ ਏ ਹਾਇਓ ਜੀਂਦਿਆਂ ਮੈਦਾ ਮੌਲਾ ਚੌਥੇ ਸ਼ਹਿਨਸ਼ਾਹ ਮਹਿਮਲ ਨਾਲ ਲਾ ਕੇ ਪਾਕ ਭੈਣ ਜੀ ਮੈਂ ਨੌਕਰ ਮੈਂ ਨੌਕਰ ਆਦਾ ਪਿਆ ਮੁੱਕੇ ਮੇਰਾ ਇਮਾਮ ਪਾਕ ਫੁੱਫੀਆਂ ਦੇ ਮਹਿਮਲ ਨਾ ਲਾ ਕੇ ਪਾਕ ਮਾਸੂਮਾ ਭੈਣ ਦੀ ਮਲਾਰ ਤੇ ਆ ਬੈਠਾ ਏ ਮੇਰਾ ਇਮਾਮ ਫਰਮੈਂਦਨ ਮਾਸੂਮਾ ਆ ਜ਼ੇਵਰ ਲੈ ਗਏ ਕੈਦਾ ਛੱਟ ਗਿਆ
ਅਸਾਂ ਵਤਨ ਵੱਲੇ ਵਾਲੇ ਆਏ ਰਾਤ ਦੇ ਚੁੱਕੇ ਮਰੀ ਸੈਣ ਦੀ ਮਲਾਰ ਥੈ ਮਲਾਰ ਕੰਬੀਏ ਹੌਲੇ ਹੌਲੇ ਆਵਾਜ਼ ਆਈਏ ਕੇ ਬਹੁ ਰੁਨਾ ਹੈ ਬਾਜ਼ਾਰਾਂ ਵਿੱਚ ਤੇ ਤੇਰਾ ਵਕਤ ਮਨ ਵਿੱਚ ਲੰਘੇ ਪਿਆ ਵਤਨ ਵੈਂਦਾ ਹੈ ਤੋੜੇ ਹੁਣ ਤਾਂ ਕਰ ਚਾ ਤਬਦੀਲ ਹੰਝੂਦਾ ਉਹ ਤੂੰ ਜਾਣਦਾ ਹੈ ਨਾ ਮੁਸਲਮਾਨਾਂ ਕੂਆ ਤੇ ਸਾਡੇ ਟੁਰ ਗਿਆ ਨਾਲ ਵੀ ਜੰਗ ਤੂੰ ਨਿਸ਼ਾਨ ਮਿਟਾਈ ਵਾਂਝਾ ਹਾਇਓ ਕਬਾਰ ਮਰੀਦਾ ਜਿਹੜਾ ਸ਼ਿਮਰ ਸੁਣਿਆ ਮਨ ਵਿੱਚ ਲੰਘੇ ਪਿਆ ਵਤਨ ਵੈਂਦਾ ਹੈ ਤੋੜੇ ਹੁਣ ਤਾਂ ਕਰ ਚਾ ਤਬਦੀਲ ਹੰਝੂਦਾ ਕਬਰ ਮਰੀ ਦਾ ਜਿਹੜਾ ਸ਼ਿਮਰ ਸੁਣਿਆ ਨਾ ਸੰਗੇ ਮਰੇ ਇਮਾਮ ਨੇ ਪਾਕ ਧੀ ਦਾ ਭੈਣ ਦਾ ਸਲਾਮ ਕੀਤਾ ਏ ਭੈਣ ਮੇਰਾ ਸਲਾਮ ਹੋਈ ਸਾਰੇ ਪਰਦਾਦਾਰ ਵਾਰੋ ਵਾਰੀ ਸਲਾਮ ਕੀਤਾ ਏ ਮੌਲਾ ਦੀ ਪਾਕ ਜਾਂ ਦੋ ਧੀਆਂ ਪੈਰਾਂ ਲਈ ਪਾਸਵਾਨ ਬੈਠੇ ਨ ਸਰਦਾਰ ਦੀਦੀ ਸਦਾ ਸਲਾਮ ਹੋਵੇ ਅਸਾਂ ਤੇਰੇ ਨੌਕਰ ਦੀਆਂ ਧੀਆਂ ਹੈ ਜਾਂ ਨੌਕਰ ਦਾ ਨਾਮ ਆਮਣਾ ਮਦਾਰ ਹਲ ਗਈਏ ਮੇਰੀ ਸੈਣ ਫਰਮੈਨੀਏ ਤੁਸਾਂ ਤਾਂ ਮੇਰੇ ਮੋਹਸਨ ਚਾਚੇ ਜਾਂ ਧੀਰੀ ਵੇ ਤੁਸਾਂ ਮੇਰਾ ਭੈਣੀ ਹੋ ਉਵਲੇ ਮਦਾਰ ਦੀ ਚਵਾ ਦੇ ਭੈਣ ਕਰ ਬਲਾ ਵਿਆ ਪਿਓ ਮੇਰੀ ਤਰਫੋਂ ਮੇਰੇ ਚਾਚੇ ਕੋ ਸਲਾਮ ਦਿਵਾਏ ਮੇਰੇ ਚਾਚੇ ਕੋ ਅਖਾਏ ਧੀ ਪਿਆ ਦੀ ਤੈ ਕੋ ਮੈਂ ਮਿਲਸਾਂ ਵਿੱਚ ਮਾਛਰ ਦੇ ਤੂੰ ਜਦਾਂ ਸੇ ਪਿਉ ਮੇਰੇ ਦੇ ਨਾਲ ਮੈਂ ਚਾ ਕੇ ਲਾਸ਼ਾ ਅਲੀਅਸ ਕਰਦਾ ਤੇਰਾ ਕਰ ਸਾਇਆ ਮੁੰਤਕਮ ਜਲਦੀ ਆਵੇ ਬਦਲੇ ਖਿੰਨਣ ਵਾਲਾ ਜਲਦੀ ਆਵੇ ਪਾ ਘਰ ਵਸਾਵਣ ਵਾਲਾ ਜਲਦੀ ਆਵੇ ਅੱਲਾ ਭਾਵੇਂ